ਗੈਂਗਸਟਰ ਰਿੰਦਾ ਖੱਤਰੀ ਤੇ ਗੁਰਗੇ ਤਰਨਜੀਤ ਸਿੰਘ ਉਰਫ ਜੱਸਾ ਹੱਪੋਵਾਲੀਆ ਨੇ ਬੁੱਧਵਾਰ ਸਵੇਰੇ ਪੁਲਿਸ ਹਿਰਾਸਤ ਚੋਂ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਉਸ ਤੇ ਗੋਲੀ ਚਲਾ ਦਿੱਤੀ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪੁਲਿਸ ਨੇ 6 ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ 2 ਗੋਲੀਆਂ ਹੱਪੋਵਾਲੀਆ ਦੀ ਲੱਤ ਵਿੱਚ ਲੱਗੀਆਂ। ਉਸ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਦੱਸ ਦਈਏ ਕਿ ਪੁਲਿਸ ਨੇ ਹੱਪੋਵਾਲੀਆ ਨੂੰ ਕਪੂਰਥਲਾ 'ਤੇ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਸੀ। ਇਰਾਦੇ ਨਾਲ ਕਤਲ ਦੇ ਮਾਮਲੇ ਵਿੱਚ ਪਿਸਤੌਲ ਬਰਾਮਦ ਕਰਨ ਲਈ ਉਸ ਨੂੰ ਉਸ ਥਾਂ 'ਤੇ ਲਿਜਾਇਆ ਗਿਆ ਜਿੱਥੇ ਉਸਨੇ ਪਿਸਤੌਲ ਛੁਪਾ ਕੇ ਰੱਖਿਆ ਸੀ, ਪਰ ਇਸ ਦੌਰਾਨ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਉਸ ਨੂੰ ਰੋਕਣ ਲਈ ਪਹਿਲਾਂ ਹਵਾ ਵਿੱਚ ਗੋਲੀ ਚਲਾਈ, ਪਰ ਜਦੋਂ ਉਹ ਨਾ ਰੁਕਿਆ ਤਾਂ ਉਸ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ। ਉਸ ਨੂੰ ਜ਼ਖਮੀ ਹਾਲਤ ਵਿੱਚ ਫੜ ਕੇ ਹਸਪਤਾਲ ਭੇਜ ਦਿੱਤਾ ਗਿਆ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੱਸਾ ਹੱਪੋਵਾਲੀਆ ਗੈਂਗਸਟਰਾਂ ਹਰਵਿੰਦਰ ਰਿੰਦਾ ਅਤੇ ਸੋਨੂ ਖੱਤਰੀ ਦਾ ਕਰੀਬੀ ਹੈ। ਉਹ ਪੰਜਾਬ ਵਿੱਚ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ। ਜੁਲਾਈ 'ਚ ਇਸਨੇ ਇੱਕ ਵਿਅਕਤੀ 'ਤੇ ਹਮਲਾ ਕੀਤਾ ਸੀ। ਇਸੇ ਕੇਸ ਵਿੱਚ ਉਸਨੂੰ ਕਪੂਰਥਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਸੀ। ਹਮਲੇ ਤੋਂ ਬਾਅਦ ਉਸ ਕੋਲੋਂ ਉੱਥੇ ਛੁਪਾਇਆ ਪਿਸਤੌਲ ਬਰਾਮਦ ਕਰਨ ਲਈ ਲਿਜਾਇਆ ਜਾ ਰਿਹਾ ਸੀ, ਜਦੋਂ ਉਸਨੇ ਆਪਣੇ ਆਪ ਨੂੰ ਹੱਥਕੜੀ ਤੋਂ ਛੁੜਾ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਉਹ ਪਹਿਲਾਂ ਵੀ 6 ਕਤਲ ਕਰ ਚੁੱਕਾ ਹੈ ਅਤੇ ਉਸਦੇ ਨਿਸ਼ਾਨੇ 'ਤੇ ਹੋਰ ਲੋਕ ਵੀ ਸਨ, ਪਰ ਇਸ ਤੋਂ ਪਹਿਲਾਂ ਪੁਲਿਸ ਨੇ ਨਵੰਬਰ 'ਚ ਉਸਨੂੰ ਫੜ ਲਿਆ ਸੀ। ਵੀਡੀਓ ਡੈਸਕ amarujala.com। ਅਮਰ ਉਜਾਲਾ ਅਬ ਆਪਕੇ ਟੀਵੀ ਪਰ ਵੀ। ਆਪਣੇ ਸਮਾਰਟ ਟੀਵੀ ਪਰ ਯੂਟਿਊਬ ਪਰ ਸਰਚ ਕਰੇ ਅਮਰ ਉਜਾਲਾ, ਚੈਨਲ ਸਬਸਕ੍ਰਾਈਬ ਕਰੇ ਔਰ ਦੇਖੇ ਤਾਜ਼ਾ ਖਬਰੇ, ਵੋ ਵੀ HD ਕੁਆਲਿਟੀ ਮੇ। ਔਰ ਹਾਂ, ਬੈਲ ਆਇਕਨ ਦਬਾਨਾ ਨਾ ਭੁੱਲੇ, ਤਾਕਿ ਹਰ ਖਬਰ ਹੋ ਆਪਕੇ ਘਰ। ਅਮਰ ਉਜਾਲਾ, ਨਿਸ਼ਪਕਸ਼, ਨਿਰਭੀ, ਨਿਰੰਤਰ।